ਵੇਖ ਲਓ ਜੀ, ਸ਼ਾਮ ਨੂੰ ਪੈਟਰੋਲ ਪੰਪ ਤੇ ਕਿਵੇਂ ਲੈਣਾ ਲੱਗੀਆਂ ਨੇ ਤੇ ਮੌਸਮ ਵਧੀਆ ਤੇ ਸਾਰੇ ਹੁਣ ਬਸ ਸ਼ਹਿਰੋਂ ਘਰੋਂ ਬਾਹਰ ਜਾ ਰਹੇ ਨੇ। ਇਹ ਹਾਂ, ਇਹ ਗੋਰਾ ਲੋਕ ਕਹਿੰਦੇ ਇੰਜੋਏ ਕਰਦੇ ਕੈਂਪਿੰਗ। ਪਿਛਲੀ ਵਾਰ ਆਪਾਂ ਜੋ ਦੂਰ ਗਏ ਸੀ ਨਾ ਤਾਂ ਪੰਗਾ ਪਿਆ ਸੀਗਾ ਕਿ ਵੀ ਗੈਸ ਨਹੀਂ ਸੀ ਮਿਲੀ ਆਪਾਂ ਨੂੰ, ਉਹਦੇ ਕਰਕੇ ਮੈਂ ਆਪਾਂ ਪਹਿਲਾਂ ਹੀ ਪਵਾ ਲਈਏ। ਹਲੇ ਤਾਂ ਟੈਂਕ ਹੈਗਾ ਪਰ ਜਾਣਾ ਦੂਰ ਆ ਕਿ ਪੂਰਾ ਲੱਗ ਜਾਣਾ ਸੀਗਾ ਆਪਾਂ। ਮੈਂ ਕਾਹਨੂੰ ਰਿਸਕ ਲੈਣੇ, ਪੜ ਰਹੀ ਹੈ ਜਾ। ਹੁਣ ਆਪਾਂ ਤੇਲ ਪਾਉਣ ਤੋਂ ਬਾਅਦ ਨਾ ਕਿ ਵੀ ਇਹ 'ਚ ਹੁਣ ਹਵਾ ਵੀ ਚੈੱਕ ਕਰਨੀ ਸੀਗੀ, ਇੱਕ ਅਦੇ ਟਾਇਰ ਮੈਨੂੰ ਘੱਟ ਲੱਗਦੀ ਹੈ। ਮੈਂ ਹੁਣ ਆਪਾਂ ਲੱਗਦੇ ਕਿ ਹੱਥ ਹਵਾ ਵੀ ਕਰ ਲਓ ਚੈੱਕ। ਹਾਂਜੀ, ਹੁਣ ਜੀ ਆਪਾਂ ਰਾਤ ਤਾਂ ਰਹੇ ਸੀ ਆਪਾਂ ਇਹਨਾਂ ਦੇ ਭੁੱਲਰ ਸਾਹਿਬ ਦੇ ਘਰ ਇੱਥੇ ਟ੍ਰੈਨ ਦੇ ਵਿੱਚ, ਅਤੇ ਅੱਜ ਜਾਣਾ ਆਪਾਂ ਵਰਨਪੁਰ। ਮੇਰੀ ਸਲਾਹ ਹੈਗੀ ਸੀ ਗ੍ਰੇਟ ਪਲੈਨ 12 ਪੋਸਟਸ 'ਤੇ ਜਾਣ ਦੀ ਵੀ, ਅਤੇ ਉਹ ਦੇਖ ਲਿਆ ਕੀ ਬਣਦਾ, ਜੇ ਅੱਜ ਜਾਇਆ ਜਾਊਗਾ ਨਹੀਂ ਫਿਰ ਆਪਾਂ ਕੱਲ੍ਹ ਨੂੰ ਚੱਲਾਂਗੇ। ਅਤੇ ਚਲੋ ਦੇਖ ਲਿਆ ਕਿੱਧਰ ਜਾਂਦੇ ਹਾਂ ਅੱਜ। ਵਰਨਪੁਰ ਇੱਥੋਂ ਕੋਈ 40-45 ਕਿਲੋਮੀਟਰ ਆ, ਅਤੇ ਉਹ ਵੀ ਟੂਰਿਸਟ ਅਟਰੈਕਸ਼ਨ ਆ, ਵਧੀਆ ਟਾਊਨ ਆ ਦੇਖਣ ਵਾਲਾ ਉਹ ਵੀ। ਉੱਥੇ ਬੀਚ ਅੱਜ ਗਰਮੀ ਆ, ਦੇਖ ਲਿਆ ਨਹੀਂ ਫਿਰ ਕੱਲ੍ਹ ਨੂੰ ਚੱਲਾਂਗੇ ਫਿਰ 12 ਪੋਸਟਸ। ਅਸੀਂ ਨਾ ਸੈਰ ਕਰ ਰਹੇ ਸੀਗੇ ਰਾਤ, ਅਤੇ ਆ ਸਾਨੂੰ ਬਾਬਾ ਵੇਖ ਕੇ ਆ ਗਿਆ ਕਿਉਂਕਿ ਜਾਂਦੇ ਨੇ ਇਹ ਵਿਚਾਰੇ ਇਕੱਲੇ ਇਕੱਲੇ ਹੁੰਦੇ ਨੇ, ਅਤੇ ਫਿਰ ਅਗਲਾ ਬਜ਼ੁਰਗ ਹੁੰਦਾ ਕਹਿੰਦਾ ਕੋਈ ਨਾ ਕੋਈ ਸਾਨੂੰ ਗੱਲਾਂ ਕਰਨ ਲਈ ਮਿਲ ਜਾਏ। ਹੁਣ ਸਾਡੇ ਨਾਲ ਗੱਲਾਂ ਕਰ ਰਹੇ ਰੱਖੇ ਸਵੇਰੇ ਮੈਂ ਨਾ ਸੈਰ ਕਰਕੇ ਆਇਆ ਸੀਗਾ, ਮੈਂ ਕਿਹਾ ਚਲੋ ਜੀ ਚੱਲਦੇ ਹਾਂ ਹੈ ਨਾ 12 ਪੋਜ਼ਲਸ। ਪਰ ਜਦੋਂ ਫਿਰ ਜ਼ਿਆਦਾ ਦੰਤਾਂ ਨੇ ਜਾਣਾ ਹੋਵੇ ਕਹਿੰਦੇ ਜੀ ਪਰੌਂਠੇ ਖਾਓ ਰੋਟੀਆਂ ਖਾਓ, ਹੁਣ ਸਵਾ 12 ਹੋ ਗਏ ਆ ਅਤੇ ਹੁਣ ਕੱਕਾ ਪੈਸਿਆ ਸੋਫੇ 'ਤੇ ਬੈਠਿਆ ਲੱਗਾ ਅਤੇ ਹੁਣ ਹੈਪੀ ਭਾਜੀ ਵੱਲ ਆਏ ਹੋਏ। ਹੈਪੀ ਭਾਜੀ ਵੱਲ ਟਰੈਂਗ ਪਿੰਡ ਆਸਟ੍ਰੇਲੀਆ ਦਾ। ਅੱਜ ਕੱਲ੍ਹ ਆਪਣਾ ਇਹ ਦੇਖ ਲਓ ਹੈ ਲਕਸ਼ਰੀ ਆਈਟਮਾਂ ਹੋ ਗਈਆਂ, ਪਹਿਲਾਂ ਤੰਦੂਰ ਤੇ ਜਿਹੜੀ ਆਮ ਰੋਟੀ ਤੰਦੂਰ ਦੀ ਹੁੰਦੀ ਸੀ ਹੁਣ ਅਸੀਂ ਪਾਲਿਆ ਜੀ ਤਾਇਆ ਤੰਦੂਰ, ਕਹਿੰਦੇ ਤੰਦੂਰ ਦੀ ਰੋਟੀ ਖਾਣੀ ਹੈ। ਇਹ ਰੈਡੀਮੇਡ ਤੰਦੂਰ ਬਣਿਆ ਹੋਇਆ ਆਸਟ੍ਰੇਲੀਆ ਦੇ ਵਿੱਚ, ਇਹ ਹੈਪੀ ਭਾਜੀ ਦਾ ਟਰੈਂਗ ਪਿੰਡ ਦੇ ਰੇਲ ਵਿਖਾਉਂਦੇ ਆ, ਇੱਥੋਂ ਜਾਂਦੀ ਆ ਜਿਹੜੀ ਸਿੱਧੀ ਸਿਟੀ ਨੂੰ ਮੈਲਬਨ ਨੂੰ। ਇਹ ਘਰ ਦੇ ਨਾਲ ਬਾਈ ਦੇ ਆ ਘਰ ਆ, ਅਤੇ ਆਪਾਂ ਇਹਦੇ ਨਾਲ ਹੀ ਜਾਂਦੀ ਆ ਰੇਲਵੇ। ਗਰਮੀਆਂ ਕਰਕੇ ਨਾ ਇੱਥੇ ਧੁੱਪ ਇੰਨੀ ਗੰਦੀ ਹੈ ਕਿ ਜਿਹੜਾ ਘਾਹ ਆ ਸਾਰਾ ਸੁੱਕਿਆ ਪਿਆ, ਦੇਖ ਕਿਵੇਂ ਸੜਿਆ ਹੋਇਆ। 3 ਵਜੇ ਚੱਲੇ ਹਾਂ ਅਤੇ ਅੱਜ ਟੈਂਪਰੇਚਰ ਅਰਾਊਂਡ 40 ਡਿਗਰੀ ਆ, ਅਤੇ ਯੂ ਵੀ ਇੱਥੋਂ ਦੀ ਪੂਰੀ ਹਾਈ ਹੈ। ਉਹ ਜੀ ਬੀਚ 'ਤੇ ਪਹੁੰਚ ਗਏ ਆਪਾਂ, ਪਰ ਬੀਚ 'ਤੇ ਐਂਟਰ ਕਰਨ ਤੋਂ ਪਹਿਲਾਂ ਆਪਾਂ ਨੂੰ ਆਹ ਲਾਉਣੀ ਪੈਣੀ ਆ ਕਰੀਮ, UV 50+। ਇਹ ਉੱਥੋਂ ਦੀ ਓਜ਼ੋਨ ਲੇਅਰ ਹੈ ਨਹੀਂ ਜੀ, ਦੇਖ ਕਹਿੰਦੇ ਜੀ ਐਵਰੀ ਕੀ ਮਿਲਣਾ ਘੰਟੇ ਬਾਅਦ ਅੱਧੇ ਘੰਟੇ ਬਾਅਦ ਕਿੰਨੇ ਚਿਰ ਬਾਅਦ ਲਾਓ 2 ਆਵਰਸ ਐਵਰੀ 2 ਆਵਰ। ਅਤੇ ਇਹ ਜਿੱਥੇ ਜਿੱਥੇ ਤੁਹਾਡਾ ਆਸਟ੍ਰੇਲੀਆ ਵਿੱਚ ਸਾਰਿਆਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਸਕਿਨ ਕੈਂਸਰ ਦੀ, ਗੋਡਿਆਂ ਦੀ ਚਮੜੀ ਹੁੰਦੀ ਆ ਮਾੜੀ ਅਤੇ ਇਹਨਾਂ ਨੂੰ ਹੁੰਦਾ, ਅਤੇ ਜੇ ਆਪਾਂ ਨਾਲ ਆਈਏ ਤਾਂ ਆਪਣੀ ਇਹ ਸਾੜ ਦੂਗਾ ਸਾਰਾ ਕੁਛ। ਹੈ ਸਕਿਨ ਇਹ ਆਲਰੇਡੀ ਇਹ ਵੀ ਲਾਏ ਹੋਵੇ ਪਰ ਫਿਰ ਵੀ ਸਾੜ ਦਿੰਦਾ ਇਹ, ਪਰ ਚਲੋ ਜਿੰਨੀ ਕੁ ਪ੍ਰੋਟੈਕਸ਼ਨ ਹੁੰਦੀ ਆ ਉਨੀ ਕੀ ਹੈ ਕਰਨੀ ਚਾਹੀਦੀ ਹੈ। ਮੇਰੀ ਨਾ ਇੱਕ ਵਾਰ ਸਕਿਨ ਐਵੇਂ ਸੜ ਗਈ ਸੀ ਜਿਵੇਂ ਨਾ ਇੱਕ ਸੱਪ ਦੀ ਕੰਜ ਹੁੰਦੀ ਆ ਨਾ ਆਪਾਂ ਵੇਖੀ ਹੋਵੇ, ਐਵੇਂ ਮੇਰੀ ਸਕਿਨ ਲੱਥੀ ਸੀਗੀ, ਪੂਰੇ ਨਿਸ਼ਾਨ ਪੈ ਗਏ ਸੀ। ਮੈਂ ਇਕੱਲੀ ਬ੍ਰੈਂਡ 'ਚ ਪਾਇਆ ਗਿਆ ਸੀਗਾ, ਅਤੇ ਇੱਥੋਂ ਦੀ ਐਡੀ ਧੁੱਪ, ਗੰਦੀ ਧੁੱਪ ਆ, ਬੜੀ ਭੈੜੀ ਆ। ਆ ਬੀਚ 'ਤੇ ਪੂਰਾ ਭਰਿਆ ਮੇਲਾ ਲੱਗਿਆ ਪੂਰਾ ਲੋਕਾਂ ਦਾ। ਆ ਬੀਚ 'ਤੇ ਆ ਜਿਹੜੇ ਰੌਕਸ ਨੇ ਇਹਨਾਂ ਨੂੰ ਦੇਖੋ, ਐਡੇ ਜ਼ਿਆਦਾ ਤਿੱਖੇ ਨੇ ਨਾ ਇਹ ਕਿ ਪੂਰੇ ਕਿ ਵੀ ਕੋਈ ਵੈਪਨ ਤੋਂ ਘੱਟ ਨਹੀਂ ਹੈਗੇ, ਅਤੇ ਇਹ ਬਣੇ ਹੋਏ ਨੇ ਕਿ ਪਾਣੀ ਦੀਆਂ ਛੱਲਾਂ ਦੇ ਨਾਲ ਆ ਸਾਰੇ ਆਹ ਪਾਣੀ ਨੇ ਸਾਲਾਂ ਬੱਧੀ ਲਾ ਕੇ ਇਹਨਾਂ ਨੂੰ ਤਰਾਸ਼ਿਆ ਹੈ ਨਾ। ਇੱਥੇ ਬੜੀਆਂ ਸਲੂੰਗਾਂ ਹੀ ਬਣੀਆਂ ਹੋਈਆਂ ਨੇ ਕਈ, ਜਿਹੜਾ ਪਾਣੀ ਆ ਨਾ ਇੱਥੇ ਦੇਖ ਲਾ ਕੇ ਇੱਥੇ ਆਉਂਦਾ ਹੋਊਗਾ, ਪੂਰਾ ਇਹ ਭਰ ਜਾਂਦਾ ਹੋਊਗਾ, ਇਹ ਇੰਨਾ ਉੱਚਾ ਪਾਣੀ ਆ ਜਾਂਦਾ ਇੱਥੇ। ਉਹ ਤੁਹਾਡੀ ਜੀ ਆ ਇਹ ਤਾਂ ਪੂਰਾ ਐਨ ਕੇ ਬਣੀ ਹੋਈ ਆ ਪੂਰੀ, ਜਿਵੇਂ ਦੀ ਆਦਿ ਮਾਨਵ ਦੀ ਹੁੰਦੀ ਆ। ਹਾਂ ਇਹ ਕੁਦਰਤ ਨੇ ਤਰਾਸ਼ਿਆ ਹੋਇਆ ਇਹ ਹੌਲੀ ਹੌਲੀ। ਹਾਂ ਧਿਆਨ ਨਾਲ ਇਹ ਤਿੱਖੇ ਬਹੁਤ ਨੇ ਧਿਆਨ ਨਾਲ, ਕਿਉਂਕਿ ਆਪਾਂ ਪਾਇਆ ਨਹੀਂ ਹੈਗੀਆਂ ਚੱਪਲਾਂ ਨਹੀਂ ਨਾ ਪਾਈਆਂ, ਅਤੇ ਉਹ ਦੇਖੋ ਉੱਪਰ ਕੇਵ ਆਹ ਦੇਖ ਯਾਰ ਆਹ ਕਿੱਡੀ ਵਧੀਆ ਚੀਜ਼ ਬਣੀ ਹੋਈ ਹੈ ਹੈ ਨਾ।
आखो कि अंदर भी जा सकते हैं थलों की उधरों की एंटर करना ये पानी के ना हौली 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 कि भी पानी ने अपना कमाल दिखाया हो जे आप ली देख लो जी वर्नापुल बीच ये सीधा समुद्र है पूरा मेलबर्न का आला दुआला तो बे है पर यह समुद्र है आ देखो हूँ ये आप इतों की एंटर करते हैं आई चक्का ले होर कि बड़ी दूर आ बई लैं काफ़ी अंदर जा सकते हैं पर यह नहीं पता भी जानवर हो या कुछ हो पूरा नेरा आने इतों दिया गुफाव जी काफ़ी अंदर जाती होगी आई देखो जी समुद्र छल्ला मार मार के किवें अंदर बनिया हुई ने गुफाव वाह भाई वाह पूरा बंदा ये तो काफ़ी अगे जा रही है उधर पहुंचा कुछ इतने बंद होंगी है कि मुड़ी है तो अगे होर नीवी हो जाती है इतने बंद है इधरों जाती है पर इधर आ जरा मोहरा जहा ये हो टाइट आप अगे अगे नहीं जाना है होर खास ही अगे से आ गया पहला इतने तक ठीक है काफ़ी नीवा जहा होके ना कुब्बा जहा होके फिर एंट्री होंगी है आता हो टैट आ आहा जी चीज़ मैं कभी नहीं देखी हैगी फस्ट टाइम देखी है जी आह इन नीवा जड़ा कि समुद्र के कोल की बनी होवे सुरंग जी तो एवें अगे होर छोटिया छोटिया बनिया हो यह है कि भी जो समुद्र के कोल रेंदे होने उन्होंने तो यह चीज़ों का पता होगा आप मैदानी इलाकों चो तो अपने यह चीज़ होंगी नहीं तो अपने लिए नवी है आखो वाह वे इधर हम दूजे पास होर दिखा इधरले पास होर देख आप हम परला पास है तो चक अगे बड़ा ही ब्रेक है कम इधर उधर काफ़ी लंबा सगा यह छोटा है आप इतों निकल के हम होर कुछ देखते हैं बाहर चलते हैं उधर ही है कि भी अपना फोन जो जाता हो तो चंगी गल आ समुंदर का नज़ारा एवें इतों उपरों वो केव्स के कोलों आ भी पहाड़ जहाँ बनया हो कट कट के छलान कुदरत ने बनाया हो उधर देखते हैं जो अपन उधरले पास जाया जाए ना डूंगा ना हो फोन जाता हो देखते हैं उधर जाके जाम करता उन्हें आख बी वाह भी वाह जो मैं लगता रात में समुद्र जो चढ़ता है उदो यह सारा भर जाता होना पानी नाल हवा वेख किए आ हवा देख इतों आ मोरे जे चो हवा तो पूरा आता जो बड़ा कूलर लाया होता ना उमें हवा रही आ मोरे चो इधरों आ वाले चो ठंडा लग गई है पानी बड़ा ठंडा जा सकते आ मच्छियों का भूंग जहा जा रहा छोटिया छोटिया ने भूंग आ मच्छियों का आ समुद्र के बिच आई हुई की है समुद्री घा काई जी अपने मुंडे आया नहीं तो अपने बैट बल्ला लिया होंगे इन्होंने वॉलीबॉल लेके आए हैं ये भी अंग्रेज बने देखो आ पत्थर किवें घड़िया होया है ना आला शेप आज दरख्त पर आ ਆਸਟ੍ਰੇਲੀਆ ਜਿਹੜੇ ਡੁੱਬਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਅੱਜ ਕੱਲ ਆਪਣੇ ਇੰਡੀਅਨਸ ਦੀ ਹੈ आइडिया नहीं है समुद्र का पता नहीं गा कि अंदर खिंच लेंदा
तो ये हम अपने जी इतों की एड आ जी आ सरकार वालों वो अपनी लैंग्एज के भी आने लग गई है कि भी इन्हों की कम्यूनिटी के बंद यह ज़्यादा कि भी चोड़ करते हैं अपने आले उ चोड़ चोड़ के अंदर वड़ जाते हैं पता होंगे नहीं गा तो अपने बहुत मरे ने आ हमने इस पिछले महीने अपने पंजाबी भी सके जलंधर साइड के और सारे बेचारे रिश्तेदार भी मिलना ही तीन चार जने डुब गए तो वो अपन ध्यान रखना चाहिए क्योंकि अपन इधर समुद्र का पता नहीं ना ਇਹ ਤਾਂ ਜਿਹੜੇ ਬੰਦੇ ਇੱਥੇ ਰਹਿੰਦੇ ਆ ਜਿਹੜੇ ਹਾਂ ਪੂਰਾ ਦਿੱਤਾ ਟਾਈਟ ਕਿਹੜੀ ਆਉਂਦੀ ਹੈ ਕਿਹੜੀ ਅੰਦਰ ਨੂੰ ਲੈ ਕੇ ਜਾਂਦੀ ਹੈ ਕੀ ਹਿਸਾਬ ਹੈ ਤਾਂ ਆਪਾਂ ਨੂੰ ਤਾਂ ਪਤਾ ਨਹੀਂ ਇਸਦੇ ਬਾਰੇ ਪਰ ਇਹ ਹੈ ਕਿ ਵੀ ਹਾਂ ਕਹਿੰਦੇ ਰਿਸਪੈਕਟ ਕਰੋ ਇਹਦੀ ਸਮੁੰਦਰ ਦੀ ਹਾਂਜੀ ਵਾਨਾਪੁਲ ਤੋਂ ਬਾਅਦ ਸ਼ਾਮ ਨੂੰ ਪਹੁੰਚ ਗਿਆ ਘਰ ਤੇ ਹੁਣ दाल फुलका छक के बाहर थोड़ा जहा गेड़ा कढ़न चले से इन्हां दे पिंड दा वो वेखदे आ की हिसाब किताब है इत्थे ओए ए बहुत वधिया चीज आ वी वधदा है पूरा है बहुत सही वधदा यार हां लै ओए ए है की आ है आर्केड जा ना बड़ा वधिया चीज है आर्केड हां इत्थे आ के शॉप्स वगैरह ने उधर है ना ओ बंदा लगा विदेश दे विच आ के पंजाबी बनया पेरू दा कलाकार शाहरुख खान है डी डी एल जे का यह तो है कि गोरे कहते हैं कि बुक्स पे कि पढ़ो है ना तो उत्थे अपना जो इधर है कि आ वाजा जिंदगी कदी भी कले नहीं है जिथे मर्जी कले बैठे म्यूजिक का हां भी की है ठीक है यू आर नेवर अलोन है जो म्यूजिक है ਤੁਹਾਡੇ ਕੋਲ ਯਾਰ ਤਾਂ ਇਹ ਕਹਿੰਦੇ ਨੇ ਮਿਊਜ਼ਿਕ ਜਿਹੜਾ ਕਨੈਕਟ ਕਰਦਾ ਲੋਕਾਂ ਨੂੰ ਰਿਗਾਰਡਲੈਸ ਤੁਸੀਂ ਦੁਨੀਆ ਦੇ ਕਿਹੜੇ ਹਿੱਸੇ ਤੋਂ ਆਏ ਹਾਂ ਮਿਊਜ਼ਿਕ ਤੇ ਕਿਤਾਬਾਂ ਇਹੋ ਜਿਹਾ ਕਨੈਕਟ ਕਰਦੇ ਨੇ ਬਿਲਕੁਲ ਜੀ ਕਿਤਾਬਾਂ ਇਹ ਫਿਰ ਵੀ ਲਿਮਿਟੇਸ਼ਨ ਹੋ ਜਾਂਦੀ ਉਸ ਨੂੰ ਭਾਸ਼ਾ ਨਹੀਂ ਆਉਂਦੀ ਜੀ ਮਤਲਬ ਯਾਰ ਆਪਾਂ ਗ੍ਰਾਮਰ ਦੀ ਗੱਲ ਕੁਝ ਨਹੀਂ ਆਉਂਦੀ ਸਿੰਪਲ ਲੌਜੀਕ ਹੈ ਯਾਰ ਤੁਸੀਂ ਕਿਸੇ ਆਪਣੇ ਪੰਜਾਬੀ ਮਿਊਜ਼ਿਕ ਜਿਹੜਾ ਬਹੁਤ ਅੱਛਾ ਹਿੱਟ ਹੋਇਆ ਹੋਵੇ ਨਾ ਉਹਦੇ ਕਮੈਂਟਸ ਦੇਖੋ ਕਈ ਲੋਕ ਇਹ ਵੀ ਕਹਿ ਦਿੰਦੇ ਵੀ ਮੈਨੂੰ ਸਮਝ ਨਹੀਂ ਲੱਗੀ ਬਟ ਆ ਲਾਈਕ ਦ ਮਿਊਜ਼ਿਕ ਹਾਂ ਉਹ ਕਈ ਹੋਰ ਕੰਟਰੀ ਵਾਲੇ ਵੀ ਸੁਣਦੇ ਉਹਨੂੰ ਸਮਝ ਨਹੀਂ ਲੱਗਦੀ ਪਰ 뮤직 ਇੱਕ ਪਸੰਦ ਆ ਜਿਹੜਾ 뮤직 ਹੈ ਨਾ ਜਿਹੜਾ 뮤직 ਆ ਉਹਨੂੰ ਆਪਾਂ ਸਪੀਚ ਨਾਲੋਂ ਡਿਫਰੈਂਟ ਬ੍ਰੇਨ ਦੇ ਹਿੱਸੇ 'ਚ ਪ੍ਰੋਸੈਸ ਕਰਦੇ ਆ ਇੱਕ ਲੇਡੀ ਸੀਗੀ ਹੈ ਨਾ ਉਹਦੇ ਕੀ ਹੋਇਆ ਵੀ ਉਹਦਾ ਉਹਨੂੰ ਗੋਲੀ ਮਾਰੀ ਉਹਦੇ ਸਿਰ 'ਚ ਗੋਲੀ ਮਾਰੀ ਕਿਸੇ ਨੇ ਹੈ ਨਾ ਉਹ ਕਿਤੇ ਬਹੁਤ ਵੱਡੇ VIP ਦੀ ਵਾਈਫ ਸੀਗੀ ਹੈ ਨਾ ਉਹਦੇ ਤੇ ਅਸੈਸੀਨੇਸ਼ਨ ਅਟੈਕ ਹੁੰਦਾ ਸਿਰ 'ਚ ਗੋਲੀ ਮਾਰੀ ਉਹਦੇ ਡਾਕਟਰਾਂ ਸਰਜਰੀ ਕੀਤੀ ਉਹ ਬਚ ਗਈ ਹੁਣ ਉਹਨੂੰ ਬੋਲਣਾ ਨਹੀਂ ਆਉਂਦਾ ਉਹ ਗਾਣਾ ਗਾ ਲੈਂਦੀ ਆ ਅੱਛਾ ਹੁਣ ਕਈ ਬੰਦੇ ਹੁੰਦੇ ਆ ਨਾਰਮਲ ਬੋਲ ਲੱਗੇ ਹੱਕ ਪਾਉਂਦੇ ਆ ਹਾਂ ਤੇ ਗਾਉਂਦੇ ਵਧੀਆ ਅੱਛਾ ਇਹ ਆਪਣਾ ਪੰਜਾਬੀ ਜੀ ਆਪਣੇ ਹਰਦੇਵ ਮਾਹੀ ਰੰਗਲ ਅੱਛਾ ਹਾਂ ਜੋ ਬੋਲ ਇਹ ਤਾਂ 뮤직 ਦੇ ਨਾਲ ਤਾਂ ਜਾਨਵਰ ਕਹਿੰਦੇ ਕਿ ਜਿਹੜੇ ਆਪਣਾ ਕੀ ਜੱਟਾਂ ਦਾ ਚਲੋ ਗੱਲ ਕੀ ਆ ਕਿ ਦੁੱਧ ਜ਼ਿਆਦਾ ਦੇਣ ਲੱਗ ਜਾਂਦੇ ਆ ਜਿਹੜੇ ਪਲਾਂਟਸ ਨੇ ਉਹਨਾਂ ਦੀ ਗਰੋਥ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਸ਼ਰਾਈਨ ਓਵਰ ਰਿਮੈਂਬਰਸ ਨਹੀਂ ਇਹਦੇ ਲਾਈਟ ਇਹਦੇ ਵਿੱਚ ਆ ਇੱਥੇ ਥੱਲੇ ਲੱਗੀ ਹੈ ਪਰ ਆ ਬੜੀ ਬੜੀ ਵਧੀਆ ਚੀਜ਼ ਆ ਯਾਰ ਇਹ ਹਨਾ ਮਤਲਬ ਸਿੰਪਲ ਹੀ ਚੀਜ਼ ਆ ਤਲਕ ਕਿੰਨਾ ਕਿੰਨਾ ਵਧੀਆ ਲੱਗ ਰਿਹਾ ਨਾ ਯਾਰ ਗੱਲ ਤੇ ਗਲਤੀ ਤੇ ਸਾਰੇ ਸਿੰਪਲ ਹੀ ਹੁੰਦੇ ਹਾਂ ਪਰ ਉਹ ਜਿਹਾ ਵਾਕ ਆਇਆ ਪਰ ਆਪਾਂ ਦਿਨੇ ਨੂੰ ਕਿ ਨੋਟ ਮੈਂ ਕਿ ਨੋਟ ਦੀ ਕੀਤੀ ਹੈ ਬਿਲਕੁਲ ਲੜ ਦੇ ਦਿੱਤੀ ਵੀ ਨਹੀਂ ਮੇਰਾ ਵੀ ਮੇਰੀ ਫੋਨ ਉਹ ਵਾਰ ਵੀ ਨੋਟ ਦੀ ਕੀਤੀ ਆਪਾਂ ਫੋਨ ਆ ਰਿਹਾ ਜਾਂਦਾ ਕੋਈ ਗਏ ਆਪਾਂ ਖਾਣਾ ਦਾ ਜਾਣਾ ਬਣਾਈ ਆ ਮੈਂ ਵੀਰੇ ਤੇ ਚਲੋ ਮਾਨ ਸਾਹਿਬ ਆਪਾਂ ਹੁਣ ਵਲੌਗ ਨੂੰ ਕਰ ਦਈਏ ਬੰਦ ਐ ਭੁੱਲਰ ਸਾਹਿਬ ਹਾਂਜੀ ਹਾਂਜੀ ਠੀਕ ਹੈ ਵਲੌਗ ਬੰਦ ਕਦੋਂ ਕਰਨਾ ਨਹੀਂ ਨਹੀਂ ਆਪਣਾ ਕਿ ਨਾਈਟ ਦਾ ਕਿ ਆਪਾਂ ਹੁਣ ਰੋਟੀ ਪਾਣੀ ਖਾ ਲਿਆ ਸ਼ਾਮ ਦਾ ਠੀਕ ਹੈ ਚਲੋ ਮਿਲਦੇ ਆਂ ਜੀ ਬਾਕੀ ਨੈਕਸਟ ਡੇ ਦੇ ਵਿੱਚ ਮਿਲਦੇ ਆਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ ਚੰਗਾ ਜੀ ਓਕੇ ਗੁੱਡ ਨਾਈਟ ਕਰ ਲਓ ਤੁਸੀਂ ਗੁੱਡ ਨਾਈਟ ਓਕੇ ਓਕੇ ਸਤਿ ਸ੍ਰੀ ਅਕਾਲ ਓਕੇ ਸਾਰਿਆਂ ਨੂੰ ਮਾਨ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਭੁੱਲਰ ਸਾਹਿਬ ਵੱਲੋਂ ਵੀ ਸਤਿ ਸ੍ਰੀ ਅਕਾਲ ਕਦ ਕਦ ਕਰ ਕਰ ਔਲਕ ਸਾਹਿਬ ਵੱਲੋਂ ਵੀ ਤੇ ਬੰਦੇ ਸੰਗ ਦੇ ਬਹੁਤ ਨੇ ਨਾ ਭਲੇ ਸੰਗ ਦੇ ਤੇ ਆਪਣੇ ਨਾਲ ਲੈਣ ਨੂੰ ਡਰਦੇ ਆ ਵੀ ਮੈਂ ਨਾਲ ਲੈਣ ਨੂੰ